ਮੇਰੀ ਫੈਮਿਲੀ ਹੈ ਉਹ ਬੜੀ ਹਾਈਲੀ ਲਿਟਰੇਰੀ ਫੈਮਿਲੀ ਹੈ ਪੰਜਾਬੀ ਲਿਟਰੇਚਰ ਦੀ ਮੇਰੇ ਮਾਮਾ ਜੀ ਔਰ ਮਾਮੀ ਜੀ ਬਹੁਤ ਵੱਡੇ ਆਥਰ ਸੀ ਪ੍ਰਭਜੋਤ ਕੋ ਨਰਿੰਦਰਪਾਲ ਸਿੰਘ ਉਹਨਾਂ ਨੇ 50 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ ਤੇ ਉਹਨਾਂ ਨੂੰ ਇੰਡੀਆ ਦੇ ਬੈਸਟ ਅਵਾਰਡ ਮਿਲੇ ਸਾਹਿਤ ਅਕੈਡਮੀ ਅਵਾਰਡ ਤੇ ਹੋ ਤੇ ਉਹ ਟਿਊਰਿੰਗ ਉਸ ਦੌਰਾਨ ਮੈਂ ਕਾਫੀ ਲਿਖਣਾ ਦੇ ਨਾਲ ਸੰਪਰਕ ਕੀਤਾ ਆ ਕਿਉਂਕਿ ਉਹ ਜਿੱਥੇ ਵੀ ਜਾਂਦੇ ਸੀ ਮੈਨੂੰ ਵੀ ਨਾਲ ਲੈ ਜਾਂਦੇ ਸੀ ਮੈਂ ਉਹਨਾਂ ਦੇ ਘਰ ਹੀ ਰਹਿੰਦਾ ਸੀ ਦਿੱਲੀ ते मेरी मदर भी काफी लिखती रहती सी हमेशा तो उन्होंने फिर मेरे मामा जी किताब लिखी मेरा वीर नरेंद्र पाल उन, उन्नीस सौ सत्तर ते मेरी मदर ने फिर किताब पंजाब पटियाला तो छपी सी ते फिर उदो तो सांट्रस्ट काफी पंजाबी लिटरेचर मैं भी मामा जी ने जिन्हिया किताब लिखिया वो सारिया पढ़िया प्रभजोत कौर जे मेरे मामी जी से उन्होंने बड़ी पोइट पोइटरी दया अच्छी किताबा लिखिया ਜਿੰਨੇ ਤੇ ਉਹ ਪਬਲਿਕ ਦੀ ਉਹਨੂੰ ਸਾਈਟ ਅਕੈਡਮੀ ਅਵਾਰਡ ਮਿਲਿਆ ਫਿਰ ਉਹ ਕਿਤਾਬਾਂ ਪੜ੍ਹਦੇ ਸੀ ਸਾਨੂੰ ਸਾਰਾ ਤੇ ਮਾਮਾ ਜੀ ਹਿਸਟੋਰੀਕਲ ਨਾਵਲ ਲਿਖਦੇ ਸੀ ਪੰਜਾਬੀ ਚ ਤੇ ਉਹ ਹਿਸਟੋਰੀਕਲ ਨਾਵਲ ਪੜ੍ਹਨ ਨਾਲ ਫਾਨੂੰ ਆਪਣੀ ਸਿੱਖ ਹਿਸਟਰੀ ਵੀ ਪਤਾ ਚੱਲੀ ਪੰਜਾਬੀ ਚ ਜਦ ਇਹ ਜਦੋਂ ਮੈਂਬਰਟਸ ਫੋਰ ਲਾਇਬ੍ਰੇਰੀ ਕੰਮ ਕਰਦਾ ਰਿਹਾ ਤੇ ਉੱਥੇ ਐਬਰਟਸਫੋਰ ਇਮੀਗ੍ਰੈਂਟ ਸਰਵਿਸਿਜ਼ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਸੀ ਉੱਥੇ ਨਵੇਂ ਇਮੀਗ੍ਰੈਂਟ ਆਉਂਦੇ ਸੀ ਉਹਨਾਂ ਨੂੰ ਪੰਜਾਬੀ ਸਾਰੀਆਂ ਚੀਜ਼ਾਂ ਚਾਹੀਦੀ ਹੁੰਦੀਆਂ ਸੀ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ ਇਹ ਚੀਜ਼ ਚਾਹੀਦੀ ਲੇਕਿਨ ਟ੍ਰਾਂਸਲੇਸ਼ਨ ਆ ਤੋ 30 ਸਾਲ ਪਹਿਲੇ ਦੀ ਗੱਲ ਕਰ ਰਹੇ ਉਹ ਤੋਂ ਇਨੀ ਟ੍ਰਾਂਸਲੇਸ਼ਨਸ ਵਗੈਰਾ ਟ੍ਰਾਂਸਲੇਟਡ ਚੀਜ਼ਾਂ ਪੰਜਾਬੀ ਵਿੱਚ ਨਹੀਂ ਸੀ ਤੇ ਫਿਰ ਮੈਂ ਉਹਤੇ ਖੁਦ ਬੈਠ ਕੇ ਟ੍ਰਾਂਸਲੇਟ ਕਰਕੇ ਲਾਇਬ੍ਰੇਰੀ ਦੇ ਰੂਲ ਅਥੋਦੇਓਰ ਸਰਕਾਂ ਦੇ ਰੂਲ ਇਹ ਸਾਰੇ ਅਸੀਂ ਪੰਜਾਬੀ ਟ੍ਰਾਂਸਲੇਟ ਕਰਕੇ ਲਾਇਬ੍ਰੇਰੀ ਚ ਪ੍ਰਿੰਟ ਕਰਕੇ ਆਪਣੇ ਉਹਨਾਂ ਨੂੰ ਦੇਣ ਦੇ ਸੀ ਪੰਜਾਬੀ ਕਮਿਊਨਿਟੀ ਨੂੰ ਤਾਂ ਕਿ ਉਹਨੋਂ ਉਹ ਪੜ ਸਕਣ ਕਿਸ ਤਰ੍ਹਾਂ ਕੈਨੇਡਾ ਵਿੱਚ ਠੀਕ ਤਰ੍ਹਾਂ ਸੈਟਲ ਹੋ ਸਕਣ ਇਸ ਤਰ੍ਹਾਂ ਐਪਲਾਈ ਕਰਨ ਸਾਹਤਲਾਂ ਦੀਆਂ ਫਿਰ ਉਹਨਾਂ ਨੂੰ ਕਿਤਾਬਾਂ ਵੀ ਦਿੰਦੇ ਸੀ ਫਿਰ ਵੀਡੀਓ ਵਗੈਰਾ ਲੋਕਾਂ ਕਹਿੰਦੇ ਸੀ ਅਸੀਂ ਇੰਡੀਅਨ ਮੂਵੀਜ਼ ਦੇਖਣੀਆਂ ਨੇ ਪੰਜਾਬੀ ਤੇ ਹਿੰਦੀ ਵਿੱਚ ਉਹ ਮਿਲਤੀਆਂ ਨਹੀਂ ਸੀ ਇੱਕ ਦੋ ਵੀਡੀਓ ਸਟੋਰ ਸੀ ਸਿਰਫ ਉਹ ਫਿਰ ਅਸੀਂ ਵੀਡੀਓ ਉਸੇ ਮਾਨੇ ਵੀਡੀਓ ਕੈਸੇਟਸ ਆਂਦੀਆਂ ਸੀ ਤੇ ਸੀ ਡੀਜ਼ ਆਂਦੀਆਂ ਸੀ ਪੁਰਾਣੇ ਗਾਣੇ ਜਾਂ ਨਵੇਂ ਗਾਣੇ ਤੇ ਉਹ ਫਿਰ ਅਸੀਂ ਉਹ ਸੀ ਡੀਜ਼ ਔਰ ਵੀਡੀਓ ਵਗੈਰਾ ਵੀਡੀਓ ਕੈਸੇਟਸ ਵੀ ਮੰਗਾ ਕੇ ਲਾਇਬ੍ਰੇਰੀ ਚ ਰੱਖੀਆਂ ਤੇ ਸਾਲੇ ਫਿਰ ਕਾਫੀ ਰੀਡਰ ਸੰਦੇ ਸੀ ਉਹ ਇਸ਼ੂ ਕਰਾ ਕੇ ਲੈ ਜਾਂਦੇ ਸੀ ਤੇ ਇਸ ਤੋਂ ਬਾਅਦ ਜਦੋਂ ਕੰਪਿਊਟਰ ਦਾ ਜਮਾਨਾ ਆਇਆ ਤਾਂ 5 ਸਾਲ ਪਹਿਲੇ ਉਹ ਤੋਂ ਇੰਨੇ ਜ਼ਿਆਦਾ ਲੋਕਾਂ ਕੋਲ ਘਾਰਿਸ਼ ਕੰਪਿਊਟਰ ਨਹੀਂ ਸੀ ਪਰ ਅਸੀਂ ਲਾਇਬ੍ਰੇਰੀ ਚ ਫਿਰ ਸੀ 5-6 ਕੰਪਿਊਟਰ ਅੱਛੇ ਲਗਾਏ ਤੇ ਫਿਰ ਲਾਇਬ੍ਰੇਰੀ ਕਮਿਊਨਿਟੀ ਨੂੰ ਵੇ ਅਲੱਗ-ਅਲੱਗ ਸਾਰੇ ਲਾਇਬ੍ਰੇਰੀ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਸੀ ਤੇ ਜਿਹੜੇ ਵੀ ਰੀਡਰ ਸੀ ਗੋਰੀਆਂ ਨੂੰ ਗੋਰੇ ਦਿੰਦੇ ਸੀ ਫਿਰ ਪੰਜਾਬੀ ਸਪੀਕਿੰਗ ਵਾਸਤੇ ਆਈ ਵਾਸ ਦੀ ਫਰਸਟ ਲਾਇਬ੍ਰੇਰੀਅਨ ਇਨ ਬੀਸੀ to start internet training uh, in punjabi oh fir taqreeban 50 50 lok ki 50 lok ki a jande si us kamre ch te fir unna nu main computer te bade screen te unna nu punjabi ch sara dasta si computer da kis tarah use karna te kis tarah si email use karni os zamane sirf hotmail da zamana si hotmail like email da system si ਇਨੇ ਲੋਫਰ ਬੜੇ ਲੋਕਾਂ ਦਾ ਮੈਂ ਉੱਥੇ ਬੈਠ ਕੇ ਹਾਟਮੇਲ ਸੈਟਅਪ ਕੀਤਾ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਸੀ ਕਿ ਵੀ ਦੇਖੋ ਸਾਡੀ ਹੈਲਪ ਹੋ ਰਹੀ ਹੈ ਪੰਜਾਬੀ ਸਾਡੀ ਬੜੀ ਇਨਫਰਮੇਸ਼ਨ ਮਿਲ ਰਹੀ ਹੈ ਤੇ ਅਸੀਂ ਬੈਠ ਕਮਿਊਨੀਕੇਟ ਕਰ ਸਕਦੇ ਹਾਂ ਇੰਡੀਆ ਇਚ ਜਾਂ ਦੂਸਰੇ ਹੋਰ ਕੰਟਰੀ ਇਚ ਜਿਹੜੇ ਇੱਥੇ ਲੋਕ ਆਏ ਸੀ ਇਮੀਗਰੈਂਟ ਉਹ ਬੜਾ ਚੰਗਾ ਉਹਨਾਂ ਨੂੰ ਅੱਛਾ ਲੱਗਦਾ ਕਿ ਸਾਨੂੰ ਪੰਜਾਬੀ ਚ ਸਰਵਿਸ ਸਾਡੇ ਦੂਸਰੇ ਕੰਟਰੀ ਚ ਆ ਕੇ ਮਿਲ ਰਹੀ ਹੈ ਇਹ ਉਹਤੇ ਕਾਫੀ ਸਾਲ ਮੈਂ ਕੰਮ ਕੀਤਾ ਹੋਰ ਵੀ ਉਹ ਫਿਰ ਸਿਟੀਜ਼ਨਸ਼ਿਪ ਵਾਸਤੇ ਕਈ ਲੋਕ ਆਉਂਦੇ ਸੀ ਕਿਸਾਨੋ ਸਿਟੀਜ਼ਨਸ਼ਿਪ ਦਾ ਟੈਸਟ ਦੇਣਾ ਪੈਂਦਾ ਸੀ ਉਹ ਤੇ ਰਿਟਨ ਟੈਸਟ ਹੁੰਦਾ ਸੀ ਚਾਰ ਸਾਲ ਤੋਂ ਬਾਅਦ ਉਹ ਫਿਰ ਮੈਂ ਉਹ ਜਿਹੜੀ ਸਿਟੀਜ਼ਨਸ਼ਿਪ ਗਾਈਡ ਸੀ ਉਹ ਹਿੰਦੀ ਅੰਗਲਿਸ਼ੀ ਜੰਦੀ ਉਹ ਫਿਰ ਸਾਰੇ ਸਿਟੀਜ਼ਨ ਚਾਈ ਦੀ ਗਾਈਡ ਅਸੀਂ ਪੰਜਾਬੀ ਟਰਾਂਸਲੇਟ ਕੀਤੀ ਉਹਨਾਂ ਦੇ ਕੁਐਸਚਨ ਦੇ ਅੱਗੇ ਆਨਸਰ ਅਸੀਂ ਸਾਰੇ ਲਿਖੇ 100 ਕੁਐਸਚਨ ਹੁੰਦੇ ਸੀ ਉਹ ਫਿਰ ਅਸੀਂ ਪ੍ਰਿੰਟ ਕਰਕੇ ਲੋਕਾਂ ਨੂੰ ਦਿੰਦੇ ਸੀ ਕਿਉਂ ਜਿੰਨਾਂ ਦਾ ਸਿਟੀਜ਼ਨਸ਼ਿਪ ਟੈਸਟ ਹੁੰਦਾ ਸੀ ਉਹ ਉਹਨ ਦੇ ਥੀਅਰੀ ਕਾਰਕੀਓਫਰ ਉਹ ਪਾਸ ਹੋ ਜਾਂਦੇ ਸੀ ਤਾਂ ਉਹਨਾਂ ਨੂੰ ਕੈਨੇਡੀਅਨ ਸਿਟੀਜਨਸ਼ਿਪ ਮਿਲ ਜਾਂਦੀ ਸੀ ਫਿਰ ਹੋਰ ਕਈ ਤਰ੍ਹਾਂ ਦੀਆਂ ਕਿਤਾਬਾਂ ਮੰਗਦੇ ਸੀ ਕੋਈ ਕਿਸ ਤਰ੍ਹਾਂ ਦੀ ਕੋਈ ਕਿਸ ਤਰ੍ਹਾਂ ਦੀ ਅਸੀਂ ਕੋਸ਼ਿਸ਼ ਕਰਦੇ ਸੀ ਵੀ ਸਭ ਜਿੰਨੇ ਵੀ ਸਾਡੇ ਰੀਡਰਸ਼ਿਪ ਹੈਗੀ ਸੀ ਪੰਜਾਬੀ ਕਮਿਊਨਿਟੀ ਚ ਕਿ ਉਹਨਾਂ ਨੂੰ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਮਿਲੇ ਤਾਂ ਕਿ ਉਹ ਆਪਣਾ ਛੇਤਾ ਰਹਿਤੇ ਸੈਟਲ ਹੋ ਸਕਣ ਆਪਣੀ ਲਾਈਫ ਅੱਛੀ ਕਰ ਸਕਣ ਆਪਣੇ ਬੱਚਿਆਂ ਨੂੰ ਅੱਛਾ ਪੜਾ ਸਕਣ ਜਦੋਂ ਦੋਸੀਆ ਖੋਲਿਆ ਸੀ ਆਪਣਾ ایشিয়ান ਪਬਲਿਕੇਸ਼ਨ ਆਪਣੀ ਬੇਸਮੈਂਟ ਤੋਂ ਤੇ ਵਿਕਟੋਰੀਆ ਮਿਨਿਸਟਰੀ ਆਫ ਐਜੂਕੇਸ਼ਨ ਵਿਕਟੋਰੀਆ ਤੋਂ ਦੋ ਤਿੰਨ ਲੇਡੀਆਂ ਆਈਆਂ ਉਸਦੇ ਡਾਇਰੈਕਟਰ ਉਹ ਕਹਿੰਦੇ ਸੀ ਕਿ ਸਕੂਲ ਲਾਈਟ ਅਤ ਸਾਰੇ ਪੂਰੇ BC ਸਕੂਲ ਲਾਈਟ ਪੰਜਾਬੀ ਸ਼ੁਰੂ ਕਰਨ ਜਾ ਰਹੇ ਆ ਤੇ ਸਾਡੀ ਤੁਸੀਂ ਹੈਲਪ ਕਰੋ ਜਿਹਾ ਲਾਇਬ੍ਰੇਰੀਅਨ ਕਿ ਵੀਰ ਟੂ ਫਾਈਂਡ ਆਫ ਰਿਸੋਰਸਸ ਆ ਸਾਡੇ ਕੋਲ ਟੀਚਰਸ ਵੀ ਨੇ ਥੋੜੇ ਬੋੜੇ ਸਟੂਡੈਂਟ ਵੀ ਨੇ ਜਿਹੜੇ ਸਿੱਖਣਾ ਚਾਹੁੰਦੇ ਨੇ ਲੇਕਿਨ ਸਾਡੇ ਕੋਲ ਰਿਸੋਰਸਸ ਨਹੀਂ ਨੇ ਪੰਜਾਬੀ ਦੇ ਕਿਉਂਕਿ ਇੱਥੇ ਕੋਈ ਬੁੱਕਸਟੋਰ ਨਹੀਂ ਸੀ ਪੂਰੇ ਕੈਨੇਡਾ ਤੋਂ ਤੇ ਲਾਇਬ੍ਰੇਰੀ ਚ ਜ਼ਿਆਦਾ ਮਟੀਰੀਅਲ ਨਹੀਂ ਸੀ ਲੋਕਾ ਕੋਲ ਵੀ ਜ਼ਿਆਦਾ ਮਟੀਰੀਅਲ ਨਹੀਂ ਸੀ ਪੰਜਾਬੀ ਟੀਚਿੰਗ ਦਾ ਤੋ ਫਿਰ ਮੈਂ ਕਿਹਾ ਹਾਂ ਮੈਂ ਤੁਹਾਡੇ ਅਸੇ ਰਿਸੋਰਸਸ ਡਵੈਲਪ ਕਰਾਂਗਾ ਫਿਰ ਅਸੀਂ ਇੰਡੀਆ ਤੋਂ ਵੀ ਰਿਸੋਰਸਸ ਮੰਗਾਏ ਤੋ ਫਿਰ ਉਹ ਰਿਸੋਰਸਸ ਨੂੰ ਈਵੈਲਿਊਏਟ ਕਰਨ ਵਾਸਤੇ ਇੱਕ ਕਮੇਟੀ ਬਣੀ ਜਿਸ ਤੇ बड़े-बड़े आथारिन विंदर रवि सातो बिनिंग ते और लोकां ने ओथे जाके मीटिंग की थी 93 दी गल है ते ओ फिर ओना वास्ते असि मैं 100 ਤੋਂ ਜ਼ਿਆਦਾ ਬੁੱਕਸ ਟੈਂਪਲੇਟ ਔਰ ਦੂਸਰੇ ਲਿਟਰੇਚਰ ਮੈਗਜ਼ੀਨਸ ਨੂੰ ਗਾਰੇ ਕੱਠੀਆਂ ਕਰਕੇ ਇੰਡੀਆ ਤੋਂ ਵਿਕਟੋਰੀਆ ਭੇਜਿਆ ਬਾਕਸਿਸ ਬੰਦ ਕਰਕੇ ਉਹ ਫਿਰ ਉਹਨਾਂ ਨੂੰ ਉੱਥੇ ਈਵੈਲਿਊਏਟ ਕੀਤਾ ਗਿਆ ਉਹਨਾਂ ਰਿਸੋਰਸਸ ਨੂੰ ਹਾਂ ਵੀ ਐਸ ਲੈਵਲ ਤੇ ਪ੍ਰਾਇਮਰੀ ਲੈਵਲ ਤੇ ਐਲੀਮੈਂਟਰੀ ਲੈਵਲ ਤੇ ਯਾ ਗ੍ਰੇਡ 12 ਤੱਕ ਇਹ ਅੱਛੇ ਹੀ ਨੇ ਰਿਸੋਰਸਸ ਉਹ ਫਿਰ ਉਸ ਕਮੇਟੀ ਨੇ ਅਪਰੂਵ ਕੀਤੇ ਤੇ ਫਿਰ ਉਹ ਸਾਨੂੰ ਐਜ਼ ਅ ਡਿਸਟ੍ਰਿਬਿਊਟਰ ਮਿਨਿਸਟਰੀ ਆਫ ਐਜੂਕੇਸ਼ਨ ਵਿਕਟੋਰੀਆ ਨੇ ਐਜ਼ ਅ ਸਾਨੂੰ ਕਿਹਾ ਵੀ ਤੁਸੀਂ ਯੂ ਵਿਲ ਡਿਸਟ੍ਰਿਬਿਊਟ ਬੁੱਕਸ ਇਨ ਪੰਜਾਬੀ ਲੈਂਗੁਏਜ ਫਾਰ ਪੰਜਾਬੀ ਟੀਚਿੰਗ ਐਂਡ ਲਰਨਿੰਗ ਟੂ ਵੈਰੀਅਸ ਸਕੂਲਸ ਅਕ੍ਰੋਸ ਬੀਸੀ ਉਹ ਦੋ ਤੋਂ ਫਿਰ ਸਾਡਾ ਸ਼ੁਰੂ ਹੋਇਆ ਫਿਰ ਹੌਲੀ ਹੌਲੀ ਅਸੀਂ ਪਬਲਿਕ ਲਾਇਬ੍ਰੇਰੀ ਚ ਵੀ ਸਪਲਾਈ ਕਰਨਾ ਸ਼ੁਰੂ ਕੀਤਾ ਕਿਤਾਬਾਂ ਉਹਦੇ ਜਿੱਥੇ ਰਿਚਮੈਂਟ ਪਬਲਿਕ ਲਾਇਬ੍ਰੇਰੀ ਉਹਨੇ ਬਹੁਤ ਸਾਰੀਆਂ ਕਿਤਾਬਾਂ ਲਈਆਂ ਕਿਉਂਕਿ ਹਰ ਜਗ੍ਹਾ ਸਾਡੀ ਕੰਪੰਜਾਬੀ ਕਮਿਊਨਿਟੀ ਬਹੁਤ ਗਰੋ ਹੋ ਰਹੀ ਸੀ ਯੋ। ਤੇ ਹਰ ਇੱਕ ਆਉਚਾਂ ਦੇ ਸਿੱਕੇ ਸਾਨੂੰ ਪੰਜਾਬੀ ਦੀਆਂ ਕਿਤਾਬਾਂ ਮਿਲਣ ਰਿਚਮੰਡ ਪਬਲਿਕ ਲਾਇਬ੍ਰੇਰੀ ਵੈਨਕੂਵਰ ਪਬਲਿਕ ਲਾਇਬ੍ਰੇਰੀ ਸਾਰੀ ਪਬਲਿਕ ਲਾਇਬ੍ਰੇਰੀ ਤੇ ਕੋਕੀਟਲਮ ਪਬਲਿਕ ਲਾਇਬ੍ਰੇਰੀ ਕਾਫੀ ਲਾਇਬ੍ਰੇਰੀ ਜਿਵੇਂ ਬਰਨ ਵੀ ਪਬਲਿਕ ਲਾਇਬ੍ਰੇਰੀ ਅਥੇ ਕਿਤਾਬਾਂ ਸਪਲਾਈ ਕੀਤੀਆਂ ਫਿਰ ਉਸ ਤੋਂ ਬਾਅਦ ਅਸੀਂ ਆਪਣੀ ਵੈਬਸਾਈਟ ਬਣਾ ਲਈ ਵੈਬਸਾਈਟ ਦੇ ਥਰੂ ਫਿਰ ਸਾਨੂੰ ਬਾਰੋ ਵੀ ਆਰਡਰ ਆਨਲਾਈਨ ਪਏ एडमंटन uh, तो कैलगरी तो ऑनटेरियो तो सस्कैचवन तो मैनीटोबा तो सारे चाहते थे किस बिकॉज मैं लाइब्रेरियन से मैंने पता सी भी किस तरह कॉन्टैक्ट करना है किस तरह असी फॉरवर्ड करनी है किस तरह कैटलॉगिंग करनी है पंजाबी बुक्स की वो फिर सारी असी उन्हों की हैल्प करते कलैक्शन डिवेलप करने वास्ते पब्लिक लाइब्रेरी से ਦੇ ਸਕੂਲ ਲਾਇਬ੍ਰੇਰੀ ਵਿੱਚ ਸਕੂਲ ਲਾਇਬ੍ਰੇਰੀ ਨੰਦੇ ਸਿਆਤੋ ਸਾਰੀ ਤੋਂ ਵੀ ਦੂਜੀ ਜਗ੍ਹਾ ਤੋਂ ਵੀ ਸਾਡੇ ਬੱਚੇ ਸਾਨੂੰ ਬਾਈਲਿੰਗੁਅਲ ਬੁੱਕਸ ਵਿੱਚ ਆਈਦੀਆਂ ਨੇ ਜਿਹੜੇ ਇੰਗਲਿਸ਼ ਪੰਜਾਬੀ ਦੋਨੋਂ ਹੋਣ ਉਹ ਫਿਰ ਬਾਈਲਿੰਗੁਅਲ ਬੁੱਕਸ ਆਸੀਂ ਕਾਫੀ ਕਲੈਕਸ਼ਨ ਡਵੈਲਪ ਕੀਤਾ ਇੰਗਲੈਂਡ ਤੋਂ ਅਮਰੀਕਾ ਤੋਂ ਕਈ ਜਗ੍ਹਾ ਤੋਂ ਛਪਦੀਆਂ ਸੀ ਉਹ ਕਿਤਾਬਾਂ ਉਹ ਮਗਾ ਕੇ ਅਸੀਂ ਆ ਕੇ ਫਿਰ ਲਾਇਬ੍ਰੇਰੀ ਚ ਸਪਲਾਈ ਕਰਦੇ ਸੀ ਤਾਂ ਕਿ ਸਾਡੇ ਬੱਚੇ ਪੜ ਸਕਣ ਅੱਛੀ ਤਰ੍ਹਾਂ ਤੇ ਉਹ ਫਿਰ ਸਾਡੇ ਲਾਇਬ੍ਰੇਰੀ ਤੋਂ ਕਾਫੀ ਕਿਤਾਬਾਂ ਉਹਨੋਂ ਇਸ਼ੂ ਨਹੀਂ ਹੁੰਦੀਆਂ ਸੀ ਇਹ ਹੋਣ ਵੀ ਜਿਆਦਾ ਇਸ਼ੂ ਨਹੀਂ ਹੁੰਦੀਆਂ ਤੇ ਇਹ ਸਾਡਾ ਚੈਲੰਜ ਹੈਗਾ ਕਿ ਅਸੀਂ ਚਾਹੁੰਦੇ ਆਂ ਕਿ ਸਾਡੀ ਲੀਡਰਸ਼ਿਪ ਪਬਲਿਕ ਲਾਇਬ੍ਰੇਥ ਵਧੇ ਤੇ ਲੋਕੀ ਕਿਤਾਬਾਂ ਇਸ਼ੂ ਕਰਾਂ ਜਦੋਂ ਤੁਸੀਂ ਕਿਤਾਬਾਂ ਲਾਇਬ੍ਰੇਰੀ ਸਪਲਾਈ ਕਰਦੇ ਸੀ ਉਦੋਂ ਫਿਰ ਉਹ ਸਾਨੂੰ ਇਹ ਕਹਿੰਦੇ ਸੀ ਵੀ ਤੁਹਾਡੀ ਕਿਤਾਬਾਂ ਸਰਕੂਲੇਟ ਨਹੀਂ ਹੁੰਦੀਆਂ ਕਿਉਂਕਿ ਆਪ ਜਿਆਦਾ ਲੋਕੀ ਆਉਂਦੇ ਨਹੀਂ ਸੀ ਉਦੋਂ ਕਿਉਂਕਿ ਉਹ ਡਰਦੇ ਸੀ ਵੀ ਇਹ ਗੋਰਿਆਂ ਦਾ ਹੈ ਲਾਈਵ ਗੋਰਿਆਂ ਵਾਸਤੇ ਲਾਇਬ੍ਰੇਰੀ ਹੈ ਅਸੀਂ ਮੈਂ ਫਿਰ ਗੁਰਦੁਆਰੇ ਜਾ ਕੇ ਜਾਂ ਇਮੀਗ੍ਰੈਂਟ ਸੋਸਾਇਟੀ ਜਾ ਕੇ ਉਹਨਾਂ ਨੂੰ ਸਭ ਨੂੰ ਦੱਸਾ ਦੇ ਰਿਕਵੈਸਟ ਕਰਨਾ ਸੀ ਕਿ ਉਹ ਲਾਇਬ੍ਰੇਰੀ ਆਨ ਲਾਇਬ੍ਰੇਰੀ ਸਰਵਿਸ ਆ ਤੇ ਬਹੁਤ ਅੱਛਾ ਸਿਸਟਮ ਹੈ ਕੈਨੇਡਾ ਤੇ ਲਾਇਬ੍ਰੇਰੀ ਸਰਵਿਸ ਫ੍ਰੀ ਦਿੰਦੇ ਆਂ ਅਸੀਂ ਕਿਤਾਬਾਂ ਤੁਸੀਂ 10 ਕਿਤਾਬਾਂ ਇੱਥੇ ਟਾਈਮ ਲਈ ਜਾ ਸਕਦੇ ਹੋ ਤੇ ਇੱਕ ਮਹੀਨਾ ਪੜ੍ਹ ਕੇ ਵਾਪਸ ਕਰਦੇ ਹੋ ਫਿਰ ਦੂਸਰੀ ਕਿਤਾਬ ਲੈ ਉਹਨਾਂ ਨੂੰ ਵਿਚਾਰੇ ਨੂੰ ਪਤਾ ਨਹੀਂ ਉਹ ਕਹਿੰਦੇ ਸੀ ਕਿ ਸ਼ਾਇਦ ਪੈਸੇ ਲੱਗਣਗੇ ਮੈਂ ਕਿਹਾ ਨਹੀਂ this service is free because as a taxpayer we are paying public library tax to the government ਤੋ ਉਹ ਸਾਨੂੰ ਫ੍ਰੀ ਸਰਵਿਸ ਦਿੰਦੇ ਸੀ ਕਿ ਤੁਸੀਂ ਫ੍ਰੀ ਸਰਵਿਸ ਲਓ ते वो पब्लिक काफी आ गई इन नहीं बनती फिर अली हौली लोगों गुरद्वरे जितने मीटिंग उन्होंने आओ फिर अपना किताबा इशू कराओ पढ़ो तो हूँ तक काफ़ी लाइब्रेरी पबलिक लाइब्रेरी बड़े अच्छे अच्छे कलैक्शन डिवेलप हो गए हैं हम अ डेटी जाओ जैसे आतेमीग्रेंट ਉਹਨਾਂ ਨੂੰ ਇੰਨਾ ਬੈਕਗ੍ਰਾਉਂਡ ਨਹੀਂ ਹੁੰਦਾ ਸੀ ਪੂਰੇ ਵਰਲਡ ਦਾ ਇੰਟਰਨੈਸ਼ਨਲ ਐਕਸਪੋਜ਼ਰ ਨਹੀਂ ਹੁੰਦਾ ਸੀ ਉਹ ਵਿਚਾਰੇ ਆਉਂਦੇ ਸੀ ਬੜੇ ਪਰੇਸ਼ਾਨ ਹੁੰਦੇ ਸੀ ਪਹਿਲੇ ਉਹਨਾਂ ਨੂੰ ਜੌਬ ਲੱਭਣੇ ਨੇ ਆਪਣੇ ਬੱਚਿਆਂ ਨੂੰ ਹੈਲਪ ਕਰਨੀ ਹੈ ਸਕੂਲਾਂ 'ਇਸਕੇ ਸਾਰਾ ਐਡਮਿਸ਼ਨ ਦਿਲਾਣਾ ਹੈ ਹਰ ਜਗ੍ਹਾ ਉਹ ਜਾਂਦੇ ਡਰਦੇ ਸੀ ਬੱਸੇ ਜਾਂਦੇ ਹੈ ਜਾਂ ਲਾਇਬ੍ਰੇਰੀ ਜਾਂਦੇ ਜਾਂ ਕਿ ਥੀਰੀਆਸ ਤੋਂ ਦੇ ਪੋਨੇ ਉਹਨਾਂ ਨੂੰ ਤਾਂ ਕਸਟਮ ਦਾ ਸਾਰਾ ਪਤਾ ਹੈ ਵੀ ਇੱਥੇ ਕੀ ਟ੍ਰੈਡੀਸ਼ਨ ਚੱਲ ਰਹੀ ਨੇ ਕੀ ਕਸਟਮ ਹੈ ਕਿਸ ਤਰ੍ਹਾਂ ਦਾ ਕੰਮ ਕਰਨਾ ਹੈ ਕਿਸ ਨਾਲ ਕਿਸੇ ਨਾਲ ਗੱਲ ਕਰਨੀ ਹੈ ਕਿਤੋਂ ਇਨਫੋਰਮੇਸ਼ਨ ਲੈਣੀ ਹੈ ਉਹ ਫਿਰ ਹੋਲੀ-ਹੋਲੀ ਫਿਰ ਇਹ ਇਮੀਗ੍ਰੇਟ ਸਰਵਿਸੇਸ ਏਜੰਸੀਆਂ ਖੋਲ ਗਈਆਂ ਉਹ ਫਿਰ ਹੈਲਪ ਕਰਦੇ ਸੀ ਨਵੇਂ ਇਮੀਗ੍ਰੈਂਟਸ ਨੂੰ ਉੱਥੇ ਪੰਜਾਬੀ ਸਪੀਕਿੰਗ ਸਟਾਫ ਰੱਖਿਆ ਕਾਫੀ ਉਹਨੇ ਇਮੀਗ੍ਰੈਂਟ ਸਰਵਿਸੇਸ ਖੋਲੀਆਂ ਸੀ ਇੱਥੇ ਜਿੰਨੇ ਵੀ ਨਵੇਂ ਇਮੀਗ੍ਰੈਂਟਸ ਆਉਂਦੇ ਸੀ ਉੱਥੇ ਉਹਨਾਂ ਨੂੰ ਲਿਆ ਕੇ ਉਹਨਾਂ ਦੀ ਹੈਲਪ ਕੀਤੀ ਜਾਂਦੀ ਸੀ ਕਿ ਕਿੱਥੇ ਕਿੱਥੇ ਜਾਓ ਕੀ ਕੀ ਕਰੋ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਜਵਾਬ ਅਪਲਾਈ ਕਰਨਾ ਹੈ ਕਿਤੇ ਸਕੂਲ ਬੱਚਿਆਂ ਨੂੰ ਐਡਮਿਟ ਕਰਾਉਣਾ ਹੈ ਉਹ ਫਿਰ ਹੋਲੀ ਹੁਣ ਉਹ ਬਿਕ ਆਪ ਨਿਊ ਟੈਕਨੋਲੋਜੀ ਇੰਟਰਨੈਟ ਦਾ ਜਮਾਨਾ ਆ ਗਿਆ ਹੁਣ ਜਿਹੜੇ ਆਂਤੇ ਨੇ ਨਵੇਂ ਇਮੀਗ੍ਰੈਂਟ ਇੱਕ ਤੋਂ ਜ਼ਿਆਦਾ ਹੁਣ ਪੜ੍ਹੇ ਲਿਖੇ ਬਹੁਤ ਆ ਰਹੇ ਨੇ ਪਹਿਲੇ ਜਮਾਨੇ ਚ ਇੰਨਾ ਜ਼ਿਆਦਾ ਨਹੀਂ ਆਂਦੇ ਸੀ ਪੰਜਾਬ ਦੇ ਰਿਮੋਟ ਏਰੀਆ ਤੋਂ ਆਂਦੇ ਸੀ ਉਹਨਾਂ ਨੂੰ ਬੜੀ ਪ੍ਰੋਬਲਮ ਹੁੰਦੀ ਸੀ ਪੰਜਾਬੀ ਤੋਂ ਇਲਾਵਾ ਉਹ ਵਿਚਾਰੇ ਕੁਝ ਨਹੀਂ ਜਾਣਦੇ ਸੀ ਤੇ ਨਾ ਇੰਟਰਨੈਸ਼ਨਲ ਐਕਸਪੋਜ਼ਰ ਨਹੀਂ ਹੁੰਦਾ ਸੀ ਉਹਨਾਂ ਨੂੰ ਜ਼ਿਆਦਾ ਨੌਲੇਜ ਨਹੀਂ ਹੁੰਦੀ ਸੀ ਤੇ ਉਹ ਉਹਨਾਂ ਨੇ ਕਾਫੀ ਹਾਰਡਸ਼ਿਪ ਦੇਖੀਆਂ ਲੇਕਿਨ ਹੌਲੀ ਹੌਲੀ ਉਹ ਵੀ ਸੈਟਲ ਹੋ ਗਏ ਉਹਨਾਂ ਦੇ ਬੱਚੇ ਇੱਥੇ ਪੜ ਗਏ ਦੋਜੀ ਜਨਰੇਸ਼ਨ ਤੀਜੀ ਜਨਰੇਸ਼ਨ ਪਹੁੰਚ ਗਏ ਅੱਛੇ ਅੱਛੇ ਬਿ ਤੇ ਹੁੰਦੇ ਯਾਰ ਇਹਨੇ ਹੁੰ ਜਿਆਦਾ ਹਾਈਲੀ ਐਜੂਕੇਟਡ ਸਕਿਲਡ ਪਰਸਨ ਆ ਰਹੇ ਕਿ ਨਾਲ ਕੁਲ ਕੁਆਲਿਫਿਕੇਸ਼ਨ ਹੈ ਐਕਸਪੀਰੀਅੰਸ ਹੈ ਪੈਸਾ ਵੀ ਹੈ ਤੇ ਉਹ ਆ ਕੇ ਇਕਦਮ ਸੈਟਲ ਵੀ ਜਲਦੀ ਹੋ ਜਾਂਦੇ ਨੇ ਤੇ ਉਹ ਅਥੇ ਮੰਨ ਲਓ ਮਰ ਜਾ ਜਾਂਦੇ ਨੇ ਅਥੇ ਦੀ ਮੇਨ ਕਮਿਊਨਿਟੀ ਚ ਜਲਦੀ ਅਸੀਂ ਸੜਕ ਤੇ ਆ ਰਹੇ ਹੁੰਦੇ ਸੀ ਤਾਂ ਲੋਕੀ ਸਾਡੇ ਉੱਤੇ ਗਾਰਬੇਜ ਸੁੱਟਦੇ ਸੀ ਇਵਨ ਨਾਓ ਅਕਾਲ ਨਿ ਵੈਂਕੂਵਰ ਸਨਿਤ ਪੜਦਾ ਸੀ ਹਲੇ ਵੀ ਅਥੇ ਉਹ ਚਾਈਨੀਜ਼ ਨੇ ਦੱਸਿਆ ਕਿ ਉਹਨਾਂ ਦੇ ਵਿਚਾਰ ਨੇ ਗਾਰਬੇਜ ਉਠਾਇਆ ਮੈਕਡੋਨਲਡ ਦਾ ਕਿਸੇ ਨੇ ਉਦੋਂ ਸਾਡੇ ਸੜਕ ਤੇ ਸੀ ਸ਼ਹਿਰ ਨਹੀਂ ਕਰ ਸਕਦੇ ਸੀ ਕਮੈਂਟਸ ਲੋਕੀ ਗੰਦੇ ਪਾਸ ਕਰਦੇ ਸੀ ਤੇ ਮਨ ਲੂ ਮੈਂ ਲਾਇਬ੍ਰੇਰੀ ਚ ਬੈਠਾ ਤੇ ਉਹ ਆ ਕੇ ਮਜ਼ਾਕ ਕਰਦੇ ਸੀ ਸਾਡੇ ਨਾਲ ਕਿ ਵਾਈ ਯੂ ਆਰ ਵੇਅਰਿੰਗ ਥਿਸ ਟਰਬਨ ਵਾਈ ਡੋਟ ਯੂ ਰਿਮੂਵ ਇਟ ਸਾਡੇ ਆਪਣੇ ਲੋਕੀ ਵੀ ਕਹਿੰਦੇ ਸੀ ਤੁਸੀਂ ਰਿਮੂਵ ਕਰ ਦਿਓ ਕਿ ਕੀ ਫਾਇਦਾ ਟਰਬਨ ਦਾ ਕਿਉਂਕਿ ਮੈਂ ਕਹਿੰਿਆ ਸਾਡਾ ਰਿਲੀਜਨ ਦਾ ਹੈਗਾ ਅਸੀਂ वही फील कंफर्टेबल मैं बादली हौली कोई प्रॉब्लम नहीं आई तो साफ अगर मेहनत करते रहोगे मैं उन्होंने मेरी टर्मन उतारण मेरी स्किल्स नहीं बद जानी फिर मैं जो उ तो गया चिलीवैक जॉब किया तीन साल चिलीवैक पबलिक लाइब्रेरी उदा एक जरा चार्ल स्कॉट बहुत वाला रिसिस उ 1995 ਦੇ ਗਾਲ 96 ਦੇ ਗਾਲ ਕਰਦੇ ਉਥੇ ਉਹ ਰਹਿੰਦਾ ਸੀ ਉਹ ਬੜਾ ਖਤਰਨਾਕ ਆਦਮੀ ਸੀ ਬੜਾ ਵੱਡਾ ਰਿਸਿਸਟ ਸੀ ਉਥੇ ਤਾਂ ਹੀ ਸਾਡੇ ਉਥੇ ਕਮਿਊਨਿਟੀ ਨਹੀਂ ਸੀ ਪੰਜਾਬੀ ਸਪੀਕਿੰਗ ਕਮਿਊਨਿਟੀ ਐਸੀ ਕਮਿਊਨਿਟੀ ਉਥੇ ਕੋਈ ਨਹੀਂ ਸੀ ਤੇ ਆ ਹੀ ਉਹ ਤੇ ਫਸਟ ਲਾਇਬ੍ਰਰੀਅਨ ਵਿਦਰ ਪੰਚਤਮ ਉਥੇ ਬੈਠਦਾ ਸੀ ਉਹ ਲੋਕੀ ਆ ਕੇ ਆਪਣਾ ਲਾਲ ਮੋਕਾ ਲੈਂਦੇ ਵੀ ਇਹ ਇੱਥੇ ਕਿਉਂ ਬਟੇ ਤੋ ਮੈਨੂੰ ਆ ਕੇ ਗੋਰੀਆਂ ਵੀ ਪੁੱਛਦੀ ਐਸੀ ਗੋਰੇ ਪੁੱਛਦੇ ਬਾਏ ਆ ਰਹੀ ਐ ਸਿਟਿੰਗ ਇਨ ਮੈਂ ਕਿਹਾ ਆਮ ਲਾਇਬ੍ਰਰੀਅਨ ਤੇ ਮੈਂ ਇੱਥੇ ਕੰਮ ਕਰਦਾ कि हौली हम उन्होंने असि हैल्प करते अच्छी अच्छी इन्नी अच्छी अच्छी हैल्प करते तो बाद अच्छा इंप्रैशन होया कि जो तो मैं चला गया उद तो करते उतो की जी, जी, जी डायरैक्टर सी वो मैं कह लगती कि अगर तू तो किसी कहन से पगड़ी रिमूव की थी, तब वी विर यू असं इस करके तुम तो हायर किया वॉन्ट टू शो दीपल कि वी हैव हायर्ड ए परसन विमन डिफरेंट है जरा इंटेलीजेंट है तो अच्छी सर्विस दे सद्द यू डोंट गो टू हिस्सर मेरे को फिर आके पैन आई आस यू समिंग कै कैन मैं यू कैन आस मै एनीथिंग मैं उन्होंने चैलेंज करता से जो मर्जी पूछो मैं थोड़ा उनका जवाब दें तो वो दे तो फिर असी लेटैस अपटूडेट रेंते अपनी इन्फॉर्मेन देने फिर उन्होंने दसती बड़ा अच्छा इंप्रैशन पे इफ यू वर्क हार्ड एवरी बॉडी विल एप्रिशिएट यू अगर ਤੁਸੀਂ ਉਹਨਾਂ ਦੀ ਹੈਲਪ ਕਰੋਗੇ ਇਨਫਰਮੇਸ਼ਨ ਦੇਣ ਵਾਸਤੇ ਜਾਂ ਕਿ ਉਹ ਸਾਰੇ ਅੱਛਾ ਮਤਲਬ ਠੀਕ ਹੁੰਦਾ ਸੇ ਸਭ ਨੂੰ ਪਰ ਇਨ ਦੋ ਵੀ ਅ ਜਿਹੜਾ ਰੈਜ਼ਿਡੈਂਸ ਇੰਟਰਨੈਸ਼ਨਲ ਹੈਗਾ ਹਾਂ ਤੇਗਾ ਤੁਸੀਂ ਕਿਸੇ ਵੀ ਕੰਟਰੀ ਚ ਜਾਓ ਕਿੰਨੇ ਕਿਤੇ ਕਿਸੇ ਕਿਸੇ ਫਾਰਮੈਟ ਚ ਹੈ ਯੂ ਕੈਨਟ ਅਵੋਇਡ ਦੈਟ ਤੁਹਾਨੂੰ ਹੈਵ ਟੂ ਬੀਅਰ ਕਈ ਵਾਰੀ ਹਮ ਵੀ ਅਸੀਂ ਕਈ ਵਾਰੀ ਕਿ ਇਥੇ ਜਾਣਿਆ ਤਾਂ ਸਾਨੂੰ ਫੀਲ ਹੁੰਦਾ ਹੈ ਵੀ ਹਾਂ ਬੀਅਰ ਰੈਜ਼ਿਡੈਂਸ ਉਹ ਤਾਂ ਕੇ ਰੋਟ ਮੈਂ ਦੱਸਿਆ ਨੇ ਕਿ ਸਾਡੀ ਕਮਿਊਨਿਟੀ ਬਹੁਤ ਗਰੋ ਹੋ ਰਹੀ ਹੈ ਫਿਊਚਰ ਇਚ ਵੀ ਬਹੁਤ ਲੋਕ ਆਣਗੇ ਤੇ ਇਹ ਉਹ ਪੰਜਾਬੀ ਸਪੀਕਿੰਗ ਤਾਂ ਰਹੇਗੀ ਰਹੇਗੀ ਕਿਉਂਕਿ ਬਾਅਦ ਵੀ ਰੈਨੇ ਸਕੂਲ ਜਿਆਦਾ ਖੋਲ ਰਹੇ ਨੇ ਦੇਖੋ ਪੰਜ ਸਕੂਲ ਪ੍ਰਾਈਵੇਟ ਸਕੂਲ ਨੇ ਜਿਹੜੇ ਇੱਥੇ ਸਿਰਫ BC City ਅਲਬਰਟਾ ਵਿੱਚ ਨੇ Toronto ਦੀ ਸਾਈਡ ਵਿੱਚ ਨੇ ਪੰਜਾਬੀ ਸਪੀਕਿੰਗ ਕਮਿਊਨਿਟੀ ਦੇ ਸਕੂਲ ਅਪ ਟੂ ਗ੍ਰੇਡ 12 ਤੇ ਉਹ ਗਵਰਨਮੈਂਟ ਸਕੂਲਾਂ 'ਚ ਵੀ ਪੰਜਾਬੀ ਪੜ੍ਹਾਇਆ ਜਾ ਰਿਹਾ ਹੈ ਤੇ ਅਗੋਂ ਵੀ ਵਧਣਗੇ चार यूनवर्सिटी जैसे बी सीबा है तो अच्छी होर यूनवर्सिटी इतनी बदन के असं यही चाहते हैं कि हूँ बैचलर लैवल तक है पा इसमें मास्टर लैवल तक हो पी एच डी प्रोग्राम शुरू हो रिसर्च चेयर क्रिएट की पंजाबी टीचिंग एंड लर्निंग असि तो कोशिश कर रहे हैं। तो रिक्वेस्ट भी की प्ली वालू भी पाबी यूनिवर्सिटी की चेयर क्रिएट की जाए क्योंकि यू बी सी तो ऑलरेडी है सिख स्टडीज एंडी लिटरेचर वो अलग चीज़ है लेकिन जीबा लिटरेचर से अलग एक चेयर हो पंजाबी टीचिंग एंड लर्निंग ताकि उतों जो पढ़ के बच्चे स्टूडेंट्स अगे आए या होर जगह पढ़ा सकन उतों बी एड पंजाबी होए मास्टर होए पीएच डी होए जाके दूसरी यूनिवर्सिटी प्रोफेसर बन पंजाबी टीचिंग एंड लर्निंग से पाबा वो फिर स्कोप है इज लॉट ऑफ स्कोप तो होएगा फ्यूचर असं कोशिश करा या फ्यूचर जनरेन जो पढ़े लिखे लोग आ रहे हैं कि इतने यूनीवर्सिटिया किसी uh, न किसी यूनिवर्सिटी मास्टर्स प्रोग्राम और पी एच डी प्रोग्राम शुरू किया जाए कांजा का बहुत अच्छा फ्यूचर है कैनेडा पर कि सच् तो भी मोटिवेट करना है जरूरी क्योंकि बच्चों ने अगे फ्यूचर संभालना है वो उन्होंने यह कहना है कि पंजाबी तो ज्यादा जाद, ज़्यादा उनन तो ज़्यादा पंजाबी सीखन उन्होंने उन्होंपोटेंस दसी जाए तो बच्चे समझदार ने इतों के वो पढ़न गए पंजाबी ਅਗਰ ਉਹਨਾਂ ਨੂੰ ਲੈਂਗੁਏਜ ਆਂਦੀ ਹੈ ਤਾਂ ਅਮਰੀਕਾ ਵਿੱਚ ਹੋਰ ਕਈ ਯੂਨੀਵਰਸਿਟੀਆਂ ਵਿੱਚ ਇਵਨ ਕੈਨੇਡਾ ਵਿੱਚ ਵੀ ਰਿਸਰਚ ਹੋਈ ਹੈ ਜਿਹੜੇ ਬੱਚੇ ਆਪਣੀ ਲੈਂਗੁਏਜ ਵਿੱਚ ਪ੍ਰੋਫੈਸ਼ਨ ਨੇ ਮਦਰ ਟੰਗ ਦੀ ਜਿਹੜੇ ਜਾਂ ਹੁਣ ਇੱਥੋਂ ਦੇ ਗੋਰੇ ਤੇ ਇੱਕੋ ਲੈਂਗੁਏਜ ਆਂਦੇ ਨੇ ਇੰਗਲਿਸ਼ ਲੇਕਿਨ ਜਿਹੜੇ ਸਾਡੇ ਕਲਚਰ ਦੇ ਲੋਕੀ ਨੇ ਪੰਜਾਬੀ ਕਲਚਰ ਦਾ ਕਈ ਹਿੰਦੀ ਵੀ ਜਾਣਦੇ ਨੇ ਕਈ ਪੰਜਾਬੀ ਵੀ ਜਾਣਦੇ ਨੇ ਕਈ ਉਰਦੂ ਵੀ ਜਾਣਦੇ ਨੇ ਬਿਸਾਈਡ ਇੰਗਲਿਸ਼ ਸੋ ਦੇ ਡੂ ਵੈਰੀ ਵੈਲ ਇਨ देयर ਅਕੈਡਮਿਕ ਪ੍ਰੋਗਰਾਮ ਜਾਂ ਅਕੈਡਮਿਕ ਪ੍ਰੋਗਰਾਮ ਨੇ ਕਿ ਰਿਸਰਚ ਕੀਤੀ ਗਈ ਹੈ ਕਿ ਜਿੰਨੇ ਵੀ ਬੱਚੇ ਦੋ ਤਿੰਨ ਲੈਂਗੁਏਜ ਜਾਣਦੇ ਨੇ ਉਹ ਦੇ ਫੇਅਰ ਵੈਰੀ ਵੈਲ ਇਨ देयर ਐਗਜ਼ਾਮਸ ਯਾ ਉਹਨਾਂ ਨੂੰ ਉਹ ਜਲਦੀ ਚੀਜ਼ਾਂ ਸਿੱਖ ਲੈ ਨੇ ਉਹ ਜਲਦੀ ਉਹ ਫਸਟ ਆਉਂਦੇ ਨੇ ਗੋਲਡ ਮੈਡਲ ਲੈਂਦੇ ਨੇ ਐਸ ਕੰਪੇਅਰ ਟੂ ਸਿੰਗਲ ਲੈਂਗੁਏਜ ਵਾਲੇ ਤੇ ਉਹ ਫਿਰ ਹੌਲੀ ਹੌਲੀ ਐ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਕਨਵਿੰਸ ਕਰੀਏ ਕਿ ਤੁਸੀਂ ਆਪਣੀ ਲੈਂਗੁਏਜ ਇੱਕ ਨੈਕਸ ਬਣਾਈ ਰੱਖੋ ਤਾਂ ਕਿ ਤੁਹਾਡਾ ਜੋ ਜੇਰਾ ਤੁਸੀਂ ਗ੍ਰੇਡਸ ਲੈਣੇ ਨੇ ਅੱਛੇ ਜਾਂ ਯੂਨੀਵਰਸਿਟੀ ਚ ਐਡਮਿਸ਼ਨ ਲੈਣਾ ਹੈ ਮੈਡੀਕਲ ਚ ਲੈਣਾ ਹੈ ਹੁਣ ਮੈਡੀਕਲ ਚ ਅੱਜਕੱਲ ਪਹਿਲੇ ਜਦੋਂ 30 ਸਾਲ ਪਹਿਲੇ ਮੈਂ ਆਇਆ ਸਾਡੇ ਇੱਕ ਜਾਂ ਦੋ ਸਟੂਡੈਂਟ ਨੂੰ ਮੈਡੀਕਲ ਚ ਐਡਮਿਸ਼ਨ ਮਿਲਦਾ ਸੀ ਯੂਬੀਸੀ ਤੇ ਹੁਣ ਦੇਖੋ ਹੁਣ ਕਾਫੀ ਲੋਕਾਂ ਨੂੰ ਮਿਲਣ ਲੱਗ ਪਿਆ ਉਹ ਤੇ ਇਹ ਲਿਖਿਆ ਹੈ ਵੀ ਪੰਜਾਬੀ ਲੈਂਗੁਏਜ ਆਣਾ ਜ਼ਰੂਰੀ ਹੈ ਇਵਨ ਮੈਡੀਸਨ ਵਾਸਤੇ ਵੀ ਕਿਉਂਕਿ ਅੱਗੇ ਫਿਊਚਰ ਵਿੱਚ ਉਹਨਾਂ ਹੀ ਡਾਕਟਰ ਬਣ ਕੇ ਪੰਜਾਬੀਆਂ ਦੀ ਟ੍ਰੀਟਮੈਂਟ ਕਰਨੀ ਹੈ तो इस करके उन्होंने सब ही दस बच्चों को कन्विंस करने कि पंजाबी लैंगुएज आनी बहुत अच्छा है पंजाबी अगर तुम तो सीख जाओगे तो फायदे हो तो अपनी लाइफ में तो यू कैन कम्यूनीकेट विद यूअर ग्रैंड पेरेंट्स विद पेरेंट्स विद यूअर रिलेटिव इन इंडिया यू कैन गैट गुड जॉब यू कैन रिलट टू अदर मतलब सब ना तो अच्छी तरह तो रिलेट कर सकते हो बिसाइड इंग्लिश कम्यूनिटी ਗੁਰਦੁਆਰੇ ਹੁਣ ਜਿੱਥੇ ਵੀ ਗੁਰਦੁਆਰੇ ਹੈਗੇ ਨੇ ਤੇ ਬੜੀ ਅੱਛੀ ਗੱਲ ਹੈ ਕਿ ਹੁਣ ਤਾਂ ਅੱਜਕੱਲ ਪੈਂਡੈਮਿਕ ਦੇ ਚੱਕਰ ਨਹੀਂ ਕਲਾਸਾਂ ਲੱਗੀਆਂ ਮੈਂ ਦੇਖਿਆ ਮੈਂ ਜਿੱਥੇ ਵੀ ਗਿਆ ਚੈਪ੍ਰਿੰਟ ਚਾਰ ਗਿਆ ਕਲੋਂ ਆ ਗਿਆ ਉਹ ਸੰਡੇ ਨੂੰ ਕਲਾਸਿਸ ਜ਼ਰੂਰ ਲਗਾਉਂਦੇ ਨੇ ਪੰਜਾਬੀ ਦੀਆਂ ਹਰ ਗੁਰਦੁਆਰੇ ਪੰਜਾਬੀ ਦੀ ਕਲਾਸ ਲੱਗਦੀ ਹੈ ਉਥੇ ਫ੍ਰੀ ਪੜਾਈ ਜਾਂਦੀ ਹੈ ਉਹਨਾਂ ਨੂੰ ਫ੍ਰੀ ਉਹਨਾਂ ਨੂੰ ਅਲਫਾਬੇਟ ਦੇ ਬਾਰੇ ਕਾਦੇ ਜਿੱਤੇ ਜਾਂਦੇ ਨੇ ਇੱਕ ਕਿਤਾਬਾਂ ਦਿੱਤੀਆਂ ਜਾਂਦੀਆਂ ਨੇ ਤੇ ਉਥੇ ਬੱਚੇ ਆ ਕੇ ਪੜ੍ਹਦੇ ਨੇ ਉਹ ਵੀ ਉਹਤੇ ਗਵਰਨਮੈਂਟ ਸਕੂਲ ਨਹੀਂ ਹੈਗੇ ਜਾਂ ਪਬਲਿਕ ਸਕੂਲ ਨਹੀਂ ਹੈਗੇ ਤੇ ਉਹ ਗੁਰਦੁਆਰੇ ਹਰ ਗੁਰਦੁਆਰੇ ਤੇ ਕਿਵਨ ਪੰਜਾਬੀ ਪੜ੍ਹਾਇਆ ਜਾ ਰਹੀ ਹੈ ਜਿੱਥੇ ਵੀ ਨੇ ਉਹ ਕਲਾਸਾਂ ਜ਼ਰੂਰ ਲੱਗਦੀਆਂ ਨੇ ਇਟਸ ਅ ਵੈਰੀ ਪੋਜ਼ਿਟਿਵ ਸਾਈਨ ਪੰਜਾਬੀ ਨੂੰ ਪ੍ਰਮੋਟ ਕਰਨਾ ਤੇ ਵੀ ਚਲੋ ਗੁਰਦੁਆਰੇ ਵਾਲੇ ਦੇ ਆਰ ਟੇਕਿੰਗ ਸਮ ਇੰਟਰਸਟ ਤੇ ਹੋਰ ਵੀ ਜਿੱਥੇ ਨਹੀਂ ਹੈਗਾ ਉਹਨਾਂ ਨੂੰ ਕਰਨਾ ਚਾਹੀਦਾ ਕਿ ਪੰਜਾਬੀ ਉਹਨੂੰ ਫ੍ਰੀ ਪੜਾਣ ਸਭ ਨੂੰ ਚਾਹੇ ਉਹ ਗੋਰਾ ਆਏ ਜਾਂ ਚੀਨ ਆਏ I ਆਈ ਥਿੰਕ ਨੂੰ ਫ੍ਰੀ ਪੜਾਣ ਸੰਦੇ ਵਾਲੇ ਦਿਨ ਕਿਉਂਕਿ ਸੰਦੇ ਵਾਲੇ ਦਿਨ ਛੁੱਟੀ ਹੁੰਦੀ ਹੈ ਪੇਰੈਂਟਸ ਆਂਦੇ ਨੇ ਉਹ ਆਪਣਾ ਗੁਰਬਾਣੀ ਸੁਣਦੇ ਨੇ ਤੇ ਬੱਚੇ ਨੇ ਉਹ 2 ਘੰਟੇ ਵਾਸਤੇ ਆਪਣਾ ਲੈਕਚਰ ਜਾਂਦੇ ਨੇ ਕਲ ਪੰਜਾਬੀ ਕਲਾਸ ਇਚ ਪੰਜਾਬੀ ਸਿੱਖ ਰਹਿਣ ਐ ਤਾਂ ਪੇਰੈਂਟਸ ਉਹ ਅਸੀਂ ਸਾਨੂੰ ਇਹ ਗਾਈਡ ਕਰਨਾ ਪਏਗਾ ਕਿ ਪੰਜਾਬੀ ਅਗਰ ਅਸੀਂ ਸਿੱਖਾਂਗੇ ਤਾਂ ਬੜਾ ਅੱਛਾ ਰਹੇਗਾ ਕਿਉਂਕਿ ਸਾਡੀ ਮਾਤਰ ਭਾਸ਼ਾ ਹੈ ਸਾਡੀ ਮਾਂ ਬੋਲੀ ਹੈ ਸਾਡੀ ਮਦਰ ਟੰਗ ਹੈ ਤੇ ਇਸ ਕਰਕੇ ਇਹਨੂੰ ਪ੍ਰੀਜ਼ਰਵ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਹੈਂਡਿਟਿਸ ਸਾਡਾ ਸਾਰਾ ਲਿਟਰੇਚਰ ਸਾਡੀ ਦੀ ਵਿਰਾਸਤ ਹੈ ਸਾਡਾ ਜੋ ਟ੍ਰੈਡੀਸ਼ਨ ਨੇ ਪੰਜਾਬੀ ਛਪਿਆ ਹੋਇਆ ਹੈ ਗੁਰਗ੍ਰੰਥ ਸਾਹਿਬ ਸਾਡਾ ਪੰਜਾਬੀ ਛਪਿਆ ਤੇ ਉਹਨੂੰ ਪੜਨ ਲਾਸਤੇ ਫਿਊਚਰ ਇਚ ਸਾਨੂੰ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਤੇ ਨਾਲ ਲਗਾਣਾ ਬਹੁਤ ਜ਼ਰੂਰੀ ਹੈ ਤੇ ਪੇਰੈਂਟਸ ਨੂੰ ਸਾਨੂੰ ਐਨਕਰੀਜ ਅਸੀਂ ਉਹਨਾਂ ਨੂੰ ਐਨਕਰੀਜ ਕਰੀਏ ਕਿ ਆਪਣੇ ਬੱਚਿਆਂ ਨੂੰ ਸਕੂਲਾਂ ਇਚ ਪੰਜਾਬੀ ਪੜਵਾਓ ਯੂਨੀਵਰਸਿਟੀ ਫੀ ਜਲਦਾਨ ਉਹ ਤੋਂ ਵੀ ਪੰਜਾਬੀ ਪੜਨ ਕਿਉਂਕਿ ਪੰਜਾਬੀ ਪੜਨਾ ਕਈ ਹੋਰ ਫਿਰ ਬਾਅਦ ਇੰਪਲੋਇਮੈਂਟ ਇਚ ਬਹੁਤ ਫਾਇਦੇ ਹੈ ਮੈਂ ਤਾਂ ਸਰੀਆ ਸੀ ਕਿ ਮੈਨੂੰ ਲਾਇਬ੍ਰੇਰੀਅਨ ਦਾ ਜੌਬ ਯੂਬੀਸੀ ਤਾਂ ਆਇਆ ਮਿਲਿਆ ਕਿ ਮੈਨੂੰ ਪੰਜਾਬੀ ਆਉਂਦੀ ਸੀ ਮੇਰੀ ਵਾਈਫ ਨੂੰ ਕਾਉਂਸਲਿੰਗ ਦਾ ਜੌਬ ਸਕੂਲ ਇੱਕ ਤਾਂ ਮਿਲਿਆ ਵਿਕਾਸ ਨੂੰ ਉਹਨੂੰ ਪੰਜਾਬੀ ਆਉਂਦੀ ਸੀ ਇਸ ਤਰ੍ਹਾਂ ਹੁਣ ਅੱਜਕੱਲ ਮੈਂ ਦੇਖ ਰਿਹਾ ਮੈਂ ਦੇਖ ਰਿਹਾ ਨੋ ਬੈਂਕ ਕਾ ਸਕੋਸ਼ੀਆ ਬੈਂਕ ਹੈ ਜਾਂ ਆਰਬੀਸੀ ਬੈਂਕ ਹੈ ਜਾਂ ਐਮਨ ਸੀ ਆਈ ਬੀਸੀ ਬੈਂਕ ਹੈ ਉਹ ਤੁਹਾਨੂੰ ਐਡਵਰਟਾਈਜ਼ ਕਰਦੇ ਨੇ ਉਹ ਲਿਖਿਆ ਹੁੰਦਾ ਹੈ ਪ੍ਰੀਫਰੈਂਸ ਵਿਲ ਬੀ ਗੀਵਨ ਟੂ ਪੰਜਾਬੀ ਸਪੀਕਿੰਗ ਪੀਪਲ ਤਾਂ ਮੈਨੂੰ ਬੜਾ ਅੱਛਾ ਲੱਗਾ ਵੀ ਦੇਖੋ जो साी जान उन्होंने जॉब जल्दी मिलेगा ऐसा या मिनिस्ट, मिनिस्ट्री ऑफ एजुकेशन या मनि कई मिनिस्ट्री फाइनेंस इत बीसी है चाहे बी वो फैडरल गोरमेंट है वो एडवरटाइज करते हैं कि लैंगुएज आनी साउथ एशियन लैंगुएज आनी अगर तू आती है तो यू विल बी गिवन प्रैफरेंस जॉब होम्यूनीकेशन इन्ना चीजें बहुत फायदा होएगा उन्होंने اسی طرح ਦਾ ਅਸੀਂ ਇੱਕ ਪ੍ਰੋਜੈਕਟ ਉੱਤੇ ਮੈਂ ਜਦੋਂ ਯੂਨੀਵਰਸਿਟੀ ਆਫ ਇਲੀਨਾਈਸ ਸਿਕਾਗੋ ਸ਼ੁਰੂ ਕੀਤਾ ਸੀ ਅਸੀਂ ਦਿੱਲੀ ਵਿੱਚ ਇੱਕ ਉੱਥੇ ਲਾਇਬ੍ਰੇਰੀ ਆਫ ਕਾਂਗਰਸ ਆਫਿਸ ਸੀ ਉੱਥੇ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਐ ਜਿਹਾ ਔਰਲ ਹਿਸਟਰੀ ਦਾ ਤੁਸੀਂ ਕਰਿਆ ਐਸਾ ਔਰਲ ਅਸੀਂ ਉਹ ਜਿਹੜੇ origignal ਲੇਖਕ ਸੀ ਉਸ ਜਮਾਨੇ ਅਮਰਤਾ ਪ੍ਰੀਤਮ ਕਰਤਾਰ ਸਿੰਘ ਦੁੱਗਲ ਤੇਲਿਪ ਕੋ ਟਿਵਾਨਾ ਇਹ ਬੜੇ ਪਪੂਲਰ ਲੇਖਕ ਨੇ ਜਿੰਨਾਂ ਦੀ ਕਾਫੀ ਕਿਤਾਬਾਂ ਚੱਲ ਰਹੀਆਂ ਉਹਨਾਂ ਦੀ ਅਸੀਂ ਪੂਰੀ ਬੁੱਕ ਦੀ ਰਿਕਾਰਡਿੰਗ ਉੱਥੇ ਦਿੱਲੀ लाइब्रेरी ऑफ कांग्रेस अमेरिकन लाइब्रेरी फिर असी शिकागो सेंट्रल रेफरेंस लाइब्रेरी उ रखिया डिजिटल फॉर्म डिजिटाइज फॉर्मेट किताब ऑनलाइन सुन भी सकते हो मैं वैबसाइट हैगी है, है उनके थ्रू उन किताबा सुन सद पूरी तू पूरी किताब ओरिजिनल अमृता प्रीतम की आवाज़ या दिलीप कोटिवाना की आवाज़ हालांकि वो नहीं रहे लोग लेकिन उन्होंने आवाज़ सुन सकते हो वो सारी जिंदगी भर वास्ते किताब हूँ प्रिजर्व हो गई डिजिटल फॉर्मेट ਤੇ ਹੋਰ ਵੀ ਅਸੀਂ ਫਿਰ ਪ੍ਰੋਜੈਕਟ ਕੀਤਾ ਸਾਊਥ ਏਸ਼ੀਅਨ ਮਾਈਕ੍ਰੋਫਿਲਮਿੰਗ ਪ੍ਰੋਜੈਕਟ ਜਿੰਨੀਆਂ ਵੀ ਕਿਤਾਬਾਂ ছাপ ਰਹੀਆਂ ਨੇ ਪੰਜਾਬੀ ਚ ਉਹਨਾਂ ਦੀ ਪਹਿਲੇ ਅਸੀਂ ਮਾਈਕ ਉਹਦੋਂ ਡਿਜੀਟਲਡ ਫਾਰਮੈਟ ਦਾ ਜਮਾਨਾ ਨਹੀਂ ਸੀ ਡਿਜੀਟਲ ਫਾਰਮੈਟ ਦਾ ਉਦੋਂ ਅਸੀਂ ਇਹ ਕਰਦੇ ਕਿ ਜਿੰਨ ਲਾਇਬ੍ਰੇਰੀਆਂ ਜੋ ਸਾਰੇ ਮਿਲ ਕੇ ਸਹੀ ਕੀਤਾ ਕਿ ਜਿੰਨੀਆਂ ਵੀ ਕਿਤਾਬਾਂ ਨੇ ਉਹਨਾਂ ਦੀਆਂ ਮਾਈਕ੍ਰੋਫਿਲਮ ਬਣਾ ਕੇ ਅਸੀਂ ਪ੍ਰਜੈਕਟ ਕਰ ਲਈਏ ਤਾਂ ਕਿ ਕਿਤਾਬਾਂ ਕੱਲ ਨੂੰ ਫਟ ਜਾਣ ਆਊਡੇਟਡ ਹੋ ਜਾਣ ਚੋਰੀ ਹੋ ਜਾਣ ਜਾਂ ਕੁਝ ਹੋ ਜਾਏ ਪਰ ਉਹ ਫਿਰ ਦੁਬਾਰਾ ਰੀਪ੍ਰਿੰਟ ਹੁੰਦੀਆਂ ਨਹੀਂ ਨੇ तो कर इस करके असं उन्होंने डिजिटाइज फॉरमेट कर लिया इस तरह म्यूजिक भी असी डिजिटल पंजाबी म्यूजिक असं डिजिटल फॉर्मेट कर लिया ताकि लोग कि कितने भी बैठे हुए वर्ल्ड वो, वो किताब सुन सकन और म्यूजिक या किताब का पूरा सुन सकन पूरा चाहे वह नावल है या नॉन फिक्शन है, है दूसरा हूँ अच्कल यह है कि अच्कल बड़ा अच्छा लग कि जिन्या भी पापूलर ट्रां अंग्रेजी दिताब ने या रशियन लैंग्वेज या दूसरी लैंग्वेज पंजाबी अजकी बड़ी ट्रांसलेट हो रही है हूँ मैं देखा नवी नवी किताबा बड़ी अच्छा एक डॉक्टर जोसफ मर्फी है उनकी किताब हैगी है पावर ऑफ सबसकॉन्शियस माइंड वो उन्होंने ट्रांसलेट की अवचेतन मन की शक्ति वो इन्नी बेस्ट किताब हैगी है सा पढ़ने वास्ते